जी लुधियाना के कैसे लकड़ बाजार के जिथे कि तू सारी वरायटी दिखूगी जी, किचन की सारी क्रॉकरी सारी मिल जाएगी, अलग अलग वरायटी अलग अलग डिजाइन ग्लास कप कैटल्स हो गए जी कि देखो ताके सामने में प्रॉपर हैवी वरायटी है, प्लास्टिक बहुत वधिया होगी, गरंटी वाली चीजा सैलो के ब्रांड बहुत ने, तो स्पैशल टू स्पैशल सारी प्लास्टिक आइटम क्रॉकरी वगैरह सारी दिखावे, स्पैशल जी वीडियो है सारी भैनों वास्ते है, भैनों ने खुश हो जाना, बस हर बारी वास्ते असं इदा दिया खूबसूरत चीज़ें लैके आ करांगे तुहाडे मतलब चीज़ें स्पैशल भैनों वास्ते। लुधियाना के एक लक्कड़ बाजार के लग चुकी है बिल्कुल सेल, प्लास्टिक क्रॉकरी ग्लास कप मैं कहना जो मर्जी लै लो साडे नाल जिहड़े हैगे मेन इत्थे भाई सत्त श्री अकाल जी। बहुत वधिया चीजा जिहड़ी कि तुहाडे किचन नूं चार चंद ला लैणगीआं, एक नी दो नी तीन नी हजारां तरह दे गलास पए ने भाई, आ गलास चक्क दिखाओ यार बड़ा गलास आ, आ गलास भर के जे तुसीं जूस दा पी लिया तां समझो मजा आजूगा, तो वाकई भाई गिलास बड़ा अंडा यार, किन्ने दा गिलास आ भाई ये भाई हैगा 150 सिंगल 150 दा एक गिलास। हां जी आ बात है, तो वैसे जेडे गिलास आ अपने को ए प्लास्टिक जेड़ा कच वधिया कच है ए भाई, वधिया कच केड़ा ब्रांड है जी ये भाई, सारा इंपोर्टेड है जी, इंपोर्ट ब्लिंक मैक्स करके ब्रांड, अपना इंडियन कुछ नहीं का सारा इंपोर्टेड है जी, ਤੁਸੀਂ ਵੱਡੇ ਵੱਡੇ ਜਿੱਦਾਂ ਰੈਸਟੋਰੈਂਟਾਂ ਵਿੱਚ ਜਾਂਦੇ ਹੋਵੋਗੇ ਐਡਾ ਦੇ ਗਲਾਸ ਤੁਸੀਂ ਫੀਲ ਕੀਤਾ ਫੜ ਕੇ, ਹੁਣ ਇਹ ਗਲਾਸ ਤੁਹਾਡੇ ਘਰੇ ਵੀ ਆ ਸਕਦੇ, ਤੁਹਾਡੀ ਕਿਚਨ ਨੂੰ ਚਾਰ ਚੰਦ ਲਾ ਸਕਦੇ ਆ ਜੀ। ਭਾਜੀ ਕਿੰਨੇ ਦਾ ਕਿਹਾ ਗਲਾਸ ਇਹ? 150 ਦਾ ਭਾਜੀ, 150 ਰੁਪਏ। ਵੈਸੇ ਆਪਣੇ ਕੋਲ ਨਾਰਮਲ ਗਲਾਸ ਜਿਹੜਾ ਕਿੰਨੇ ਤੋਂ ਸ਼ੁਰੂ ਹੋ? 60 ਰੁਪਏ ਤੋਂ ਭਾਜੀ, 60 ਰੁਪਏ ਤੋਂ ਉਹ ਵੀ ਦਿਖਾ ਦਿਓ ਜੀ ਆਪਾਂ, ਜਿਹੜੇ ਸਾਡੇ ਜਿਹੜੇ ਵੀਵਰਸ ਨੇ ਸਾਡੀਆਂ ਭੈਣਾਂ ਹਲੋ, ਉਹ 60 ਰੁਪਏ ਦਾ ਗਲਾਸ ਵੀ ਪੂਰਾ ਸਟਾਈਲਿਸ਼ ਆ, ਕੋਈ ਨਾਰਮਲ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਤੋ ਇਹਨਾਂ 'ਚ ਇਹੀ ਕਲਰ ਆਂਦਾ ਜਾਂ ਵਾਈਟ ਕਲਰ ਦੇ ਹੋਰ ਵੀ ਆਂਦੇ ਆ? ਕੋਈ ਇਹਨਾਂ 'ਚ ਮਿਕਸ ਵੈਰਾਈਟੀ ਆਂਦੀ ਫਿਲਹਾਲ ਆਪਣੇ ਕੋਲ, ਜਿਹੜੀ ਵੈਰਾਈਟੀ ਹੈਗੀ ਆਹੀ ਹੈਗੀ। 60 ਰੁਪਏ ਤੋਂ ਲੈ ਕੇ ਕਹਿੰਦੇ 150-200 ਤੱਕ ਇੱਕ ਨੀਚੇ ਵੀ ਗਲਾਸ ਪਿਆ ਜੀ, ਬਹੁਤ ਵਧੀਆ ਕਾਹ ਗਲਾਸ, ਦੇਖੋ ਭਾਈ ਕਿੱਦਾਂ ਪਿਆਰਾ ਆ, ਉਹ ਵੀ ਬਹੁਤ ਵਧੀਆ ਗਲਾਸ, ਚੱਕ ਕੇ ਦਿਖਾਓ ਭਾਈ ਬਣਾ, ਚੀਜ਼ਾਂ ਬੜੀਆਂ ਆਂਦਾ ਜੀ, ਵਾਹ ਬਈ ਵਾਹ। ਹੁਣ ਸਟੀਲ ਦੇ ਗਲਾਸਾਂ ਦਾ ਛੱਡ ਦੋ ਖੇਡਾ, ਜੂਸ ਪੀਣ ਦਾ ਨਜ਼ਾਰਾ ਆਉਣਾ ਇਹ ਗਲਾਸਾਂ ਦੇ ਵਿੱਚ ਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਚੀਜ਼ਾਂ ਬਹੁਤ ਸੋਹਣੀਆਂ ਸੋਹਣੀਆਂ, ਤੋਂ ਲੈ ਚੱਲਦੇ ਆ ਵੀਡੀਓ ਸਟਾਰਟ ਆ ਜੀ ਸਾਡੇ ਨਾਲ, ਭਾਈ ਨਾਂ ਕੀ ਦੱਸਿਆ ਸੀ ਆਪਾਂ? ਸਨੀ ਵਰਮਾ, ਸਨੀ ਵਰਮਾ ਜੀ, ਵਾਕਈ ਜੀ ਸਨੀ ਜੀ, ਸਨੀ ਦਿਓਲ ਵਰਗੇ ਲੱਗਦੇ ਨੇ, ਸਮਾਈਲ ਬਹੁਤ ਵਧੀਆ ਆ, ਸਪੈਸ਼ਲ ਟੂ ਸਪੈਸ਼ਲ ਲੱਕੜ ਬਾਜ਼ਾਰ ਦਾ ਕ੍ਰੋਕਰੀ ਮਾਰਕੀਟ ਦਿਖਾਵਾਂਗੇ, ਆ ਦੇਖੋ ਜੀ ਪ੍ਰੋਪਰ ਜੂਸ ਵਾਲੇ ਗਲਾਸ, ਮਜ਼ਾ ਆ ਜੂਗਾ, ਇੱਕ ਪਹਿਲਾਂ ਗਲਾਸ ਚੱਕ ਦਿਖਾਓ, ਲਓ ਜੀ ਕੀ ਬਾਤ ਹੈ, ਇਹ ਤਾਂ ਜਾਕੀ ਲੱਗਦਾ ਜੀ ਪੂਰਾ, ਹਾਂਜੀ ਇਹ 1.2 ਹੈ, ਅੱਛਾ ਜੀ ਅੱਗੇ ਅੱਗੇ ਜੇ ਕੁਝ ਵੀ ਲੈ ਕੇ ਆਉਂਦੀ ਹੁੰਦੀ ਸੀ ਨਾ, ਆ ਚੀਜ਼ਾਂ ਹੁੰਦੀਆਂ ਸੀ ਉੱਥੇ, ਦੇਖੋ ਕਿੰਨੇ ਸੋਹਣੇ ਸੋਹਣੇ ਆ ਜੀ, ਵਾਹ ਵੀ ਵਾਹ, ਗਲਾਸ ਇੱਕ ਆਈਸਕ੍ਰੀਮ ਵਾਲਾ ਗਲਾਸ ਆ ਜੀ, ਚੰਡੀਗੜ੍ਹ ਜਦੋਂ ਜਾਓਗੇ ਨਾ ਉੱਥੇ ਆਈਸਕ੍ਰੀਮ ਇੱਧਰ ਗਲਾਸਾਂ ਹੀ ਦਿੰਦੇ ਆ, ਤੇ ਕੀ ਰੇਟ ਆ ਗਲਾਸਾਂ ਦਾ ਜੀ? ਇਹ ਭਾਈ 650 ਦੀ ਰੇਂਜ ਹੈ ਜੀ, 650 ਇੱਕ ਗਲਾਸ ਆ, ਕੀ ਬਾਤ, ਨਹੀਂ 6 ਪੀਸ, 650 ਦੀ 6 ਪੀਸ, 6 ਪੀਸ, ਕੀ ਬਾਤ ਹੈ ਜੀ, ਆ ਦੇਖੋ ਜੀ ਕਾ ਆਈਸਕ੍ਰੀਮ ਵਾਲਾ, ਸਾਰੇ ਕੋਈ ਯਾਰ ਪਰੋਣਾ ਆ ਜਾ, ਉਹਨਾਂ ਨੂੰ ਕੋਲੀ ਵਿੱਚ ਜੇ ਤੁਸੀਂ ਆਈਸਕ੍ਰੀਮ ਦਿੰਦੇ ਹੋ ਵਧੀਆ ਨਹੀਂ ਲੱਗਦਾ, ਆਈਸਕ੍ਰੀਮ ਦੇ ਵਿੱਚ ਪਿਸਤਾ ਬਦਾਮ ਪਏ ਹੋਣ ਤੇ ਨਾਲ ਹੋਵੇ ਇਦਾਂ ਦਾ ਗਲਾਸ, ਮਜ਼ਾ ਆ ਜਾਂਦਾ, ਬਾਕੀ ਸਨੀ ਦੀ ਵੈਰਾਈਟੀ ਬੜੀ ਗੁੱਡ ਦਿਖਾਉਂਦੇ ਪਏ ਆ, ਗਲਾਸਾਂ ਦੀ ਵੈਰਾਈਟੀ ਬੜੀ ਆ ਜੀ, ਆ ਦੇਖੋ ਨਾਰਮਲ ਗਲਾਸ, ਆ ਚਾਹ ਵਾਲੇ ਗਲਾਸ ਜੁੜ ਚੁੱਕੇ ਨੇ, ਆ ਸਾਰੇ ਕਹਿੰਦੇ ਵਿਸਕੀ, ਇਹ ਸਾਰੇ ਜੂਸ ਵੈਰਾਈਟੀ, ਜੂਸ ਗਲਾਸ ਦੀ ਵੈਰਾਈਟੀ ਆ ਗਈ ਬਾਈ, ਚਾਹ ਵਾਲੇ ਗਲਾਸ ਕਿ ਫੁੱਲੇ ਭਾਈ ਆਪਣੇ ਕੋਲ, ਬਹੁਤ ਤੋਂ ਕਿੰਨੇ ਡਿਜ਼ਾਈਨ ਹੋਣੇ ਜਿਹੜੇ ਗਲਾਸ, ਜਿਹੜੇ ਛੋਟੇ ਗਲਾਸ ਦਾ ਚਾਹ ਤੋਂ ਵਾਸਤੇ ਕਿੰਨੇ ਭਾਈ? ਮੈਕਸਿਮਮ 50 ਤੋਂ 60 ਡਿਜ਼ਾਈਨ ਹੈ ਜੀ, 50 ਤੋਂ 60, ਬਾਕੀ ਉਸ ਤੋਂ ਉੱਪਰ ਵਾਲੇ ਗਲਾਸ ਦਿਖਾਏ ਤੁਸੀਂ, ਇੰਨਾ ਜੇ ਭਾਈ ਕੋਈ ਲਿਮਿਟਿਡ ਨਹੀਂ ਹੈ, ਜਿੰਨੇ ਮਰਜ਼ੀ, ਜਿੰਨੇ ਮਰਜ਼ੀ, ਕੀ ਬਾਤ ਹੈ ਜੀ, ਇੱਕ ਆ ਦੇਖੋ ਜੀ, ਅੱਗੇ ਅੱਗੇ ਗਲਾਸ ਦਿਖਾਣਾ, ਆ ਜਾਓ ਜੀ ਕੱਤੇ, ਆ ਦਾ ਪ੍ਰੋਪਰ, ਆ ਜੀ ਦੇਖੋ ਜੀ ਕੀ ਬਾਤ ਹੈ ਜੀ, ਕੀ ਬਾਤ ਹੈ, ਜੂਸ ਤੋਂ ਬਾਕੀ ਇਹ ਜਿਹੜੇ ਕੱਚ ਨਾਰਮਲ ਕੱਚ ਦੇ ਥੱਲੇ ਗਿਰਿਆ ਤੇ ਟੁੱਟ ਗਿਆ ਸਮਝੋ, ਹਾਂਜੀ ਬਾਈ, ਵਧੀਆ ਕੱਚ ਆ ਕਿਦਾਂ, ਮਤਲਬ ਇਹ ਵਧੀਆ ਕੱਚ ਹੈ, ਵਧੀਆ ਕੱਚ ਬਾਈ, ਇਹ ਟੁੱਟੂਗਾ ਪੂਰਾ ਬਰੀਕ ਹੋ ਜਾਊਗਾ, ਅੱਛਾ ਜੀ, ਹਾਂਜੀ ਬਾਈ, ਕੀ ਬਾਤ ਹੈ, ਆ ਦੇਖੋ ਗਲਾਸ ਦੀ ਬਣਤਰ ਦੇਖੋ, ਮੈਂ ਤੁਹਾਨੂੰ ਤਾਂ ਹੀ ਮੈਂ ਜ਼ੂਮ ਕਰਕੇ ਦਿਖਾਣਾ, ਸਾਡਾ ਬੜਾ ਇੱਕ ਇਹ ਹੁੰਦਾ ਵੀ ਅਸੀਂ ਲੱਗ ਚੀਜ਼ਾਂ ਦਿਖਾਈਏ ਹਰ ਵਾਰੀ, ਰੇਟ ਉੱਪਰ ਲਿਖਿਆ ਹਰ ਇੱਕ ਗਲਾਸਾਂ ਦੇ ਉੱਤੇ 550, ਇਹ ਸਾਰੇ 6 ਪੀਸ ਦੇ ਸੈੱਟ ਹੈ, ਇੱਕ ਆ ਦੇਖੋ ਜੀ ਸਭ ਤੋਂ ਸਿਰਾ ਗਲਾਸ ਹੈ ਜੀ, ਮੈਂ ਕਹਿੰਦਾ ਡਿਜ਼ਾਈਨ ਬੰਨੇ ਪਏ ਆ, ਅਮਰੀਕਾ, ਲੰਡਨ, ਫਰਾਂਸ, ਵੱਡੇ ਵੱਡੇ ਯਾਨੀ ਕਿ ਫੇਲ ਕਰਦੇ ਗਲਾਸਾਂ ਦੇ ਵਿੱਚ, ਵਰਾਈਟੀ ਬਹੁਤ ਆ ਜੀ, ਸਪੈਸ਼ਲ ਇੱਕ ਆ ਜੀ ਆ ਜੀ ਉੱਪਰ ਆ ਜਿਹੜਾ ਪਿਆ ਉੱਪਰ ਕੈਪ ਦਾ ਲੱਗਾ ਹੋਇਆ, ਉੱਪਰ ਇਹ ਟਿਕੈਂਟਰ ਸੈੱਟ ਆ ਗਿਆ ਬਈ, ਵਿਸਕੀ ਸੈੱਟ ਆ ਗਿਆ ਪੂਰਾ, ਵਿਸਕੀ ਸੈੱਟ, ਕੀ ਬਾਤ ਹੈ ਜੀ, ਕੀ ਬਾਤ ਹੈ, ਜੂਸ, ਵਿਸਕੀ ਜੋ ਮਰਜ਼ੀ ਪਾਓ, ਤਾਂ ਚੱਕ ਵੀ ਬਹੁਤ ਨੇ, ਹਾਂਜੀ ਵਰਾਈਟੀ ਬਹੁਤ ਆ, ਆ ਦੇਖੋ ਜੀ ਆ ਕਿਹੜੀ ਚੀਜ਼ ਆ ਗਈ, ਇਹ ਟਿਕੈਂਟਰ ਆ ਗਿਆ ਸਰ, ਜਿਵੇਂ ਟੇਬਲ ਤੇ ਜੂਸ ਵਗੈਰਾ ਰੱਖਦੇ ਆ ਆਪਾਂ, ਪਾਰਟੀ ਵੇਅਰ, ਪਾਰਟੀ ਪੂਟੀ ਕਰਦੇ ਉਹਨਾਂ ਵਾਸਤੇ, ਜਿੱਦਾਂ ਹੁਣ ਆਪਾਂ ਬਾਹਰ ਅੰਦਰ ਜਾਂਦੇ ਆ ਨਾ, ਜਿਵੇਂ ਗੱਡੀ ਹੁੰਦੀ ਪਤਾ ਲੱਗਦਾ ਸਾਰਾ ਫਰੂਟਸ ਵਗੈਰਾ ਰੱਖ ਲਈ, ਬਿਲਕੁਲ ਬੜੇ ਸੋਹਣੇ ਕੱਪ, ਇਹ ਕੱਪ ਕੀ ਦਿਖਾਓ ਜੀ, ਕੀ ਇਹ ਬਈ ਆ ਗਏ, ਹਾਂਜੀ ਬੱਚਿਆਂ ਵਾਸਤੇ ਬਈ ਜੂਸ ਵਾਲੇ, ਕੀ ਬਾਤ, ਇਹ ਕੀ ਰੇਟ ਦਾ ਜੀ, ਇਹ 3 ਪੀਸ ਪੈਕਿੰਗ ਬਈ 250 ਰੁਪਏ ਜੀ, ਯਾਨੀ ਕਿ 3 ਪੀਸ 250 ਰੁਪਏ ਆਉਣਗੇ, ਕੀ ਬਾਤ ਹੈ ਜੀ, ਵੀਡੀਓ ਨਾਲ ਬਣੇ ਰਹੋ, ਬੜਾ ਮਜ਼ਾ ਆਊਗਾ ਅੱਜ ਦੀ ਵੀਡੀਓ 'ਚ, ਇੱਕ ਆ ਦੇਖੋ ਜੀ ਸਟਾਈਲਿਸ਼ ਚੀਜ਼ ਦਿਖੀ ਸਾਡੇ ਸਾਹਮਣੇ, ਇਹ ਆਈਸਕ੍ਰੀਮ ਬਾਊਲ ਆ ਗਿਆ ਸਰ, ਆਈਸਕ੍ਰੀਮ ਬਾਊਲ, ਕੀ ਬਾਤ ਹੈ ਜੀ, ਕੀ ਬਾਤ, ਅਲੱਗ ਚੀਜ਼ਾਂ ਨੇ ਸਾਰੀਆਂ, ਅਲੱਗ ਚੀਜ਼ਾਂ ਵਾਸਤੇ ਤੁਹਾਨੂੰ ਆਉਣਾ ਪੈਣਾ ਲੱਕੜ ਬਾਜ਼ਾਰ ਆ ਜੀ, ਇੱਕ ਆ ਦੇਖੋ ਜੀ ਬੜੇ ਸੋਹਣੇ ਸੋਹਣੇ ਬਾਊਲ ਪਏ ਨੇ, ਬਹੁਤ ਅੱਛੇ ਅੱਛੇ, ਆ ਜੀ
1400 रुपए ਨਾਲ ਆਉਗੇ ਕੈਟਲ ਤੇ ਚਾਹ ਨਹੀਂ ਮਿਲਣੀ ਚਾਹ ਤੁਹਾਨੂੰ ਆਪਣੀ ਆਣੀ ਰਹਿਣੀ ਆ ਗਲਾਸ ਵੀ ਬੜੇ ਸੋਹਣੇ ਆ ਤੇ ਬਾਕੀ ਚੀਜ਼ਾਂ ਬਹੁਤ ਸੋਹਣੀਆਂ ਆ ਇੱਕ ਵਾਰੀ ਨਾ ਆਪਣੀ ਦੁਕਾਨ ਦੀ ਲੋਕੇਸ਼ਨ ਦੱਸ ਦਿਓ ਸਰ ਆਪਣੀ ਦੁਕਾਨ ਹੈ ਕਿ ਲੱਕੜ ਬਾਜ਼ਾਰ ਕਰਮਾ ਐਂਟਰਪ੍ਰਾਈਜ਼ ਲੁਧਿਆਣਾ ਲੁਧਿਆਣਾ ਨਾਲ ਸਾਡੇ ਜੁੜ ਚੁੱਕੇ ਨੇ ਸੰਨੀ ਜੀ ਬਾਕੀ ਧੱਕ ਪਾਈ ਬੈਠੇ ਨਹੀਂ ਜੀ ਇੱਕ ਆ ਪਾਣੀ ਦੀਆਂ ਬੋਟਲਾਂ ਹੁਣ ਗਰਮੀ ਆ ਗਈ ਆ ਹਾਂਜੀ ਯਾਰ ਪਾਣੀ ਫਿਲਟਰ ਹੀ ਹੋਣਾ ਚਾਹੀਦਾ ਆਪਣਾ ਹੋਣਾ ਚਾਹੀਦਾ ਜੀ ਬਹੁਤ ਸੋਹਣੀਆਂ ਸੋਹਣੀਆਂ ਬੋਟਲਾਂ खूबसूरत चीजा मैं तुम दसा जी को वैरायटी है ना इन्हों की जी वैरायटी है किचन में चार चंद ला दूंगी जी आखो कि प्यारे प्यारे आ कहते कलर नहीं उतूगा चमचिया का जो बंदा कहते चार जने बैठे चारे कोलियां एक बार लेके जानी है बहुत ही प्यारा सेट है पूरी ਅਲੱਗ ਚੀਜ਼ਾਂ ਬਸ ਤੁਹਾਨੂੰ ਆਉਣਾ ਬੜਾ ਲੱਕੜ ਬਾਜ਼ਾਰ ਕਰਮਾ ਐਂਟਰਪ੍ਰਾਈਜ਼ ਜਾ ਦੇਖੋ ਜੀ ਇੱਕ ਗੱਲ ਹੋਰ ਕਹਿੰਦਾ ਆਹ ਦੇਖੋ ਜੀ ਨਾਲੇ ਇਹ ਜਿਹੜੀਆਂ ਚੀਜ਼ਾਂ ਨਾ ਜਿਹੜੀਆਂ ਡਿਫਰੈਂਟ ਚੀਜ਼ਾਂ ਮਿਲਣਗੀਆਂ ਵੱਡੇ ਵੱਡੇ ਸ਼ੋਰੂਮ ਵਿੱਚ ਜਾ ਕੇ ਪੈਸੇ ਨਹੀਂ ਖਰਾਬ ਕਰਨੇ ਕਿਉਂਕਿ ਇੱਥੇ ਤੁਹਾਨੂੰ ਉਹੀ ਰੇਟ ਮਿਲ ਜਾਣਾ ਹੈ ਜੀ ਉਹੀ ਰੇਟ ਤੁਹਾਨੂੰ ਇੱਥੇ ਮਿਲ ਜਾਣ ਜਿਹੜੇ ਵੱਡੇ ਵੱਡੇ ਸਟੋਰਾਂ 'ਚ ਮਿਲਣਾ ਇੱਕ ਆਹ ਕਿਹੜਾ ਜੀ ਇਹ ਸੋਨੇ ਦਾ ਚੱਬਾ ਜਿਹਾ ਦੇਖਿਆ ਸੀ ਅੱਜ ਸੋਨੇ ਦਾ ਕੱਪ ਪਹਿਲੀ ਵਾਰ ਦੇਖਿਆ ਭਾਜੀ ਸੋਨਾ ਹੈ ਇਹ ਇਹ ਸਰ ਸਟੀਲ ਹੈ ਅੱਛਾ ਕੋਟਿੰਗ ਹੈ ਭਲੇਖਾ ਪਾਈ ਜਾਂਦੇ ਹੋ ਇਹਦਾ ਕੱਪ ਲੈਣਾ ਕਹਿੰਦਾ ਕੱਪ ਹੀ ਦੇ ਦੋ ਇੱਕ ਕੁੱਲੜ ਆ ਗਿਆ ਜੀ ਉਹ ਸੋਨਾ ਕੱਪ ਨਾ ਹਾਂਜੀ 4 ਪੀਸ ਦਾ ਸੈੱਟ ਹੈ 1000 ਰੁਪਏ ਦਾ ਜੀ 4 ਪੀਸ ਦਾ ਸੈੱਟ ਸਿਰਫ 1000 ਜਦੋਂ ਕੋਈ ਚਾਰ ਪਰੋਣੇ ਆ ਜਾਂਦੇ ਨੇ ਤਾਂ ਬੰਦੇ ਨੂੰ ਟੈਨਸ਼ਨ ਪਈ ਜਾਂਦੀ ਹੈ ਵੀ 6 ਕੱਪ ਲਿੱਤੇ ਸੀ 1 ਕੱਪ ਟੁੱਟ ਗਿਆ ਵਿੱਚੋਂ ਹੁਣ 5 ਕੱਪ ਚੰਗੇ ਨਹੀਂ ਲੱਗਦੇ ਲੈ ਕੇ ਜਾਂਦੇ ਤਾਂ ਬਿਲਕੁਲ ਸਸਤੇ ਕੱਪਾਂ ਦਾ ਸੈੱਟ ਆ ਚੁੱਕਿਆ ਜੀ ਲੱਕੜ ਬਾਜ਼ਾਰ ਕਰਮਾ ਐਂਟਰਪ੍ਰਾਈਜ਼ ਦੇ ਬਹੁਤ ਸੋਹਣੇ ਸੋਹਣੇ ਕੱਪ ਆ ਚੁੱਕੇ ਚਾਹ ਵਾਲੇ ਤੇ ਇਹਨਾਂ ਦੇ ਜਿਹੜੇ ਚਾਹ ਵਾਲੇ ਕੱਪ ਨੇ ਇਹਦੇ ਤੇ ਜਾਦੂ ਆ ਚਾਹ ਕਹਿੰਦੇ ਭਾਵੇਂ ਤੁਸੀਂ ਮਿੱਠਾ ਪਾਓ ਜਾਂ ਨਾ ਪਾਓ ਜਿਹੜੇ ਕੱਪ ਜਿਹੜੇ ਆਪਣੇ ਵੀ ਮਿੱਠਾ ਪਾ ਰਹੇ ਤੇ ਬਹੁਤ ਸੋਹਣੇ ਆ ਯਾਨੀ ਕਿ ਮਿਠਾਸ ਆ ਹਨਾ ਕਰਮਾ ਵਾਲੇ ਨੇ ਤੇ ਬਿਲਕੁਲ ਇਹ ਨਹੀਂ ਕਿ ਕਰਮਾ ਵਾਲੇ ਵੀ ਮਿਲਦੇ ਬਾਕੀ ਕੱਪ ਬਿਲਕੁਲ ਤਾਂ ਇਹਨਾਂ ਸੋਹਣੇ ਕੱਪ ਡਿਜ਼ਾਈਨ ਬਹੁਤ ਵਧੀਆ ਤੁਹਾਨੂੰ ਐਸਾ ਲੱਗਣਾ ਹਰੇਕ ਬੰਦੇ ਨੇ ਤੁਹਾਡੇ ਜਦੋਂ ਚਾਹ ਪੀਣ ਆਉਣੀ ਘਰੇ ਤੇ ਉਹਨਾਂ ਨੇ ਚਾਹ ਦੇਖਣੀ ਕੱਪ ਬਾਰ ਬਾਰ ਦੇਖੀ ਨਾ ਭੈਣ ਜੀ ਕੱਪ ਕਿੱਥੋਂ ਲਿਆਉਂਦੇ ਆ ਤੇ ਨਾ ਸਿਰਫ ਆਪਾਂ ਲੈਣਾ ਲੱਕੜ ਬਾਜ਼ਾਰ ਦੁਕਾਨ ਦਾ ਨਾਮ ਕੀ ਲੈਣਾ ਜੀ ਕਰਮਾ ਐਂਟਰਪ੍ਰਾਈਜ਼ ਕਰਮਾ ਐਂਟਰਪ੍ਰਾਈਜ਼ ਸਨੀ ਜੀ ਕਿੱਦਾਂ ਓਕੇ ਰਹੇ ਹੋ ਵਧੀਆ ਜੀ ਤੇ ਘਰੇ ਫਿਰ ਕੱਪ ਤੁਸੀਂ ਲੈ ਕੇ ਜਾਂਦੇ ਲੈ ਕੇ ਜਾਂਦੇ ਜੀ ਲੈ ਕੇ ਹਾਂਜੀ ਬਿਲਕੁਲ ਜੀ ਘਰ ਦੇ ਕਹਿੰਦੇ ਹੁਣੇ ਆਹ ਲੈਣ ਲੈ ਕੇ ਆਓ ਆਹ ਡੀਆ ਲੈ ਕੇ ਆਓ ਤਾਂ ਵੈਸੇ ਜਿਹੜੇ ਕੱਪ ਨੇ ਆਪਣੇ ਕੋਲ ਕਿਸੇ ਰੇਟ ਤੇ ਸ਼ੁਰੂ ਹੋਏ ਸਰ ਮੇਰੇ ਕੋਲ ਜੈਸੇ ਸਟਾਰਟਿੰਗ ਹੈ 60 ਰੁਪਏ ਪਰ ਇਸ ਟਾਈਮ ਮੇਰੇ ਕੋਲ ਸਟਾਕ ਖਤਮ ਹੈ ਠੀਕ ਹੈ ਸਰ ਤਾਂ ਅਭੀ ਮੇਰੇ ਕੋਲ 200 ਰੁਪਏ ਸੇ ਸਟਾਰਟਿੰਗ ਹੈ 200 ਰੁਪਏ ਤੋਂ ਕੰਮ ਸ਼ੁਰੂ ਹੈ ਜੀ 200 ਤੱਕ ਦਰਜਨ ਹਨਾ ਜੀ ਨਹੀਂ 6 ਪੀਸ ਬਾਕਸ ਡਜ਼ਨ ਵਾਲੇ ਖਤਮ ਹੈ ਅੱਛਾ ਜੀ ਦਰਜਨ ਵਾਲੇ ਕਹਿੰਦੇ ਖਤਮ ਹੈ ਸਿਰਫ ਸਾਡੇ ਕੋਲ ਜਿਹੜੇ 6-6 ਪੀਸ ਨੇ ਸੈਟਾਂ ਨਾਲ ਉਹ ਰਹਿ ਗਿਆ ਹੁਣ ਕੱਪ ਦੀ ਵੈਰਾਈਟੀ ਦਿਖਾਵਾਂਗੇ ਬਸ ਭੈਣਾਂ ਨੂੰ ਬੇਨਤੀ ਕਰਦੇ ਆ ਬਾਰ ਬਾਰ ਸੀਰੀਅਸ ਸ਼ੁਰੂ ਕਰ ਦੋ ਬੰਦ ਕਿਉਂਕਿ ਆਹ ਕੀ ਹੈ ਜੀ ਤੁਹਾਡੇ ਵਾਸਤੇ ਪਰਤੇ ਵਾਲਾ ਸੌਦਾ ਹੈ ਬਿਲਕੁਲ ਕਿਚਨ ਦੇ ਵਿੱਚ ਚਾਰ ਚੰਦ ਲਾਏ ਜਾਣੇ ਆ ਤੁਹਾਨੂੰ ਦੱਸਿਆ ਨਾ ਤਾਂ ਕਿਸ ਰੇਟ ਤੋਂ ਦਿਖਾਓਗੇ ਇੱਕ ਤਾਂ ਡਿਜ਼ਾਈਨ ਦਿਖਾਓ ਜਿਹੜੇ ਲੱਕੀ ਡਿਜ਼ਾਈਨ ਆ ਲੋ ਜੀ ਆ ਦੇਖੋ ਹਰੇ ਕੋਲ ਆ ਕੇ ਮੰਗਦੇ ਆ ਵੀ ਸਾਨੂੰ ਉਹੀ ਕੱਪ ਚਾਹੀਦੇ ਆ ਆ ਦੇ ਰੂਟੀਨ 'ਚ ਬਈ ਚੱਲਦੇ ਹੈਗੇ ਕੱਪ ਵਧੀਆ ਡਿਜ਼ਾਈਨ ਅੱਦਾਂ ਦੀ ਗੱਲ ਨਹੀਂ 200 ਰੁਪਏ ਦੇ 6 ਪੀਸ ਆ ਜੀ 200 ਰੁਪਏ ਦੇ 6 ਪੀਸ ਕੱਪ ਦੇਖੋ ਕਿੰਨਾ ਨਿਆਰੇਦਾਰ ਆ ਵਾਕਈ ਨਿਆਰੇਦਾਰ ਕੱਪ ਆ ਜੀ ਕਲਰ ਵਾਈਟ ਹੀ ਆ ਜੀ ਸਾਰੇ ਆ ਦੇਖੋ ਡਿਜ਼ਾਈਨ ਹੋਰ ਵੀ ਬਹੁਤ ਸੋਹਣੇ ਸੋਹਣੇ ਪਏ ਆ ਬਲੈਕ ਗੋਲਡਨ ਦੇਖ ਲਓ ਸਾਰੇ ਮਿਲ ਜਾਣਗੇ ਗੋਲਡ ਲਾਈਨ ਦੇ ਵਿੱਚ ਅਗਰ ਚਾਹੀਏ ਤੁਹਾਨੂੰ ਸਾਰੇ ਡਿਜ਼ਾਈਨ ਮਿਲ ਜਾਣਗੇ ਕਲਰ ਦੇਖੋ ਆਹ ਕਿਹੜਾ ਜੀ ਆਹ ਗੋਲਡਨ ਦਾ ਲੱਗਦਾ ਹੈ ਸੋਨੇ ਦੀ ਪਰਤ ਚੜੀ ਲੱਗਦੀ ਆ ਇਹਦੇ ਤੇਲੇ ਚਾਹ ਪੀਣਾ ਨਾ ਕਾਪੀ ਚੱਕ ਕੇ ਲੈ ਜਾਣਾ ਤਾਂ ਸੋਨਾ ਬੰਦਾ ਖਾ ਜਾਏ ਬਹੁਤ ਪਿਆਰਾ ਕੱਪ ਆ ਥੋੜਾ ਉੱਪਰ ਕਰਨ ਹੋਈ ਮਣਾ ਜਾ ਵਾਹ ਵੀ ਵਾਹ ਮਜ਼ਾ ਆ ਗਿਆ ਬੱਕਈ ਤੋ ਹਰੇ ਕਸਟਮਰ ਨੇ ਕਹਿਣਾ ਵੀ ਚਾਹ ਪੀਣੀ ਆ ਤੇ ਇਹਦੇ ਵਿੱਚ ਹੀ ਪੀਣੀ ਆ ਮਜ਼ਾ ਆ ਜਾਊਗਾ ਜੀ ਮਜ਼ਾ ਆ ਜਾਊਗਾ ਬੱਕਈ 750 ਦੀ ਰੇਂਜ ਹੈ ਜੀ
ਬਹੁਤ ਪਿਆਰਾ ਨੀਚੇ ਨੈਪਕਿਨ ਰੱਖ ਸਕਦੇ ਹੋ ਕਲਰ ਬਹੁਤ ਡਿਜ਼ਾਈਨ ਆਲ ਟਰੇ ਆ ਜੀ ਹਾਂਜੀ ਟਰੇ ਆ ਜੀ ਕੀ ਬਾਤ ਹੈ ਜੀ ਬਹੁਤ ਸੋਹਣੀ ਆ ਡਿਜ਼ਾਈਨ ਤੁਹਾਨੂੰ ਹੋਰ ਵੀ ਇਹਦੇ ਚ ਮਿਲ ਜਾਣਗੇ ਜੀ ਇਹ ਡਿਜ਼ਾਈਨ ਕਿੰਨੇ ਹੋਣਗੇ ਘੱਟੋ ਘੱਟ ਟਰੇਆਂ ਦੇ ਵਿੱਚ ਘੱਟੋ ਘੱਟ 7-8 ਡਿਜ਼ਾਈਨ ਹੋਣਗੇ ਕੀ ਬਾਤ ਹੈ ਕੀ ਬਾਤ ਹੈ ਆ ਸਾਰੀਆਂ ਟਰੇਆਂ ਹੀ ਪਈਆਂ ਜੀ ਹਾਂਜੀ ਬਾਈ ਬਸ ਤੁਸੀਂ ਵੀਡੀਓ ਗੌਰ ਨਾਲ ਦੇਖਣੀ ਆ ਭੈਣਾਂ ਨੂੰ ਬੇਨਤੀ ਕਰਦੇ ਆ ਸਪੈਸ਼ਲ ਭੈਣਾਂ ਵਾਸਤੇ ਸੈੱਟ ਪੂਰਾ ਆ ਗਿਆ ਨਾ ਇਹ ਹਾਂਜੀ ਹਰ ਵਾਰ ਇੱਕ ਨਵੀਂ ਚੀਜ਼ ਲੈ ਕੇ ਆਉਣਾ
ਆ ਭੈਣਾ ਕਹਿੰਦੀਆਂ ਸੀ ਕਿ ਆ ਸਾਡੀ ਨਾ ਕਿਚਨ ਵੇਲੀ ਪਈ ਆ ਸਾਨੂੰ ਨਵੀਆਂ ਚੀਜ਼ਾਂ ਦੱਸੋ ਤਾਂ ਕਿ ਅਸੀਂ ਚਾਰ ਚੰਦ ਲਾ ਦਈਏ ਬੋਟਲ ਪਾਣੀ ਵਾਲੀਆਂ 70 ਰੁਪਏ ਤੋਂ ਸਟਾਰਟਿੰਗ ਹੈ ਭਾਜੀ ਆਪਣੀ 70 ਰੁਪਏ ਤੋਂ ਸ਼ੁਰੂ ਆ ਜੀ ਹਾਂਜੀ ਭਾਜੀ ਪਾਣੀ ਠੰਡਾ ਰਹਿੰਦਾ ਤੇ ਠੰਡਾ ਪੂਰਾ ਦਿਨ ਠੰਡਾ ਲੱਗ ਜਾਂਦਾ ਨਹੀਂ ਨਹੀਂ ਗਰਮ ਹੋ ਗਿਆ ਪੂਰਾ ਦਿਨ ਭਾਈ ਪਾਣੀ ਠੰਡਾ ਰੱਖੋ ਅੱਛਾ ਜੀ ਹਾਂਜੀ ਭਾਜੀ ਤੁਸੀਂ ਵੀ ਇਹੀ ਬੋਤਲ ਲਾ ਕੇ ਆਨੇ ਹੋ ਭਾਈ ਸਾਡੇ ਕੋਲ ਹੈਗੀ ਬਿਲਕੁਲ ਜੀ ਸਾਨੂੰ ਜਿਹਨਾਂ ਸਾਡੇ ਨਾਲ ਇੰਜੋਇਮੈਂਟ ਪੂਰਾ ਆਂਦਾ ਪਿਆ ਜੀ ਬੋਟਲ ਦੇਖੋ ਕਿੰਨੀਆਂ पर इसमें नहीं इसमें कला ठंडा पानी दो लीटर प्लास्टिक जिन्ने मर्जी टिफिन बॉक्स बहुत सोहने सोहने बाकी ट्रेन देखो जी थले ट्रेन सैट आ जाएगा भाई 600 रुपए सैट है जी 600 रुपए सैट है जी अनब्रेकेबल हाँ जी भाई आ देख लो ये भी अनब्रेकेबल है जी ये 500 रुपए सैट है जी 500 रुपए से तीन ट्रेन है और कोई भी पुराना आ जाएगा तो उन्हें खुश हो जाना यार चाह है टेस्टी टेस्टी पर जो ट्रेन के रख के लैके आए भी बड़ी ठंडा तो साढ़े जी सन्नी भाजी हम तुम दिखाने ये सारी वैक्यूम बोतल आ गई जी अच्छा जी कॉटन कोल्ड जी ਐਕਸਰਸਾਈਜ਼ ਵਗੈਰਾ ਕਰਦੇ ਨਾ ਉਹਨਾਂ ਵਾਸਤੇ ਵੀ ਹੈਗੇ ਆ ਦੇਖੋ ਜੀ ਇੱਕ ਸਟੀਲ ਦੇ ਆ ਕੇ ਥੋੜੇ ਵਧੀਆ ਦੇ ਵਿੱਚ ਇਹ ਵਧੀਆ ਆ ਜਾਣਗੇ ਬਾਈ ਵਧੀਆ ਵਾਲੇ 350 ਰੁਪਏ ਸ਼ੇਕਰ ਸਟੀਲ ਦਾ ਜੀ ਅੱਛਾ ਜੀ 350 ਰੁਪਏ ਦਾ ਸ਼ੇਕਰ ਸਟੀਲ ਵਧੀਆ ਫੁੱਲ ਹੈਵੀ ਹੋਊਗਾ ਜੀ ਅੱਛਾ ਜੀ ਹਾਂਜੀ ਆ ਲੋ ਜੀ ਰਾਜੇ ਮਹਾਰਾਜਾ ਵਾਲੀ ਪਸੰਦ ਵੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਜੀ ਆ ਦੇਖੋ ਇਹਨੂੰ ਹੁਣ ਪੂਰਾ ਉੱਤੇ ਬੋੜਾ ਜਿਹੜਾ ਤੁਸੀਂ ਵੱਡੇ ਵੱਡੇ ਸੀਰੀਅਲ ਦੇਖਦੇ ਹੋ ਨਾ ਵੱਡੇ ਵੱਡੇ ਰੈਸਟੋਰੈਂਟ ਦੇਖਦੇ ਹੋ ਉੱਥੇ ਇੰਦਰ ਜੀ ਜਦ ਤੁਸੀਂ ਦੇਖਦੇ ਹੋ ਤੇ ਹੁਣ ਤੁਸੀਂ ਆਪਣੇ ਘਰੇ ਵੀ ਲਿਆ ਸਕਦੇ ਹੋ ਅਲੱਗ ਚੀਜ਼ਾਂ ठंडिया नहीं होंगी नहीं बिल्कुल जी क्लियर है बिल्कुल बिल्कुल जी बिल्कुल सनी जी वाकई ने जी इतने जो मेन ने जी सेलमैन ने इतने बहुत वधिया गाइड किया इन्होंने तो बहुत ही अच्छी इन्हों की जिदा इन्हों की समाइल बड़ी सोहनी लगी ना सानू उदा जी वरायटी है ना बहुत सोहनी लगी है जो तुम भी अपनी किचन चार चंद लाना चाहते हो तो तुम आना पैना जी करमा एंटरप्राइजेस लक्कड़ बाजार क्या बात है चपाती नुक्सा जी साढ़े बहुत ही प्यारे प्यारे इन्होंने रेट कितों शुरू होते जी अपने स्टार्टिंग भाई 200 रुपए तो हो जाती पर इस टाइम डिस्प्ले जी है नहीं मेरे को जो कहोगे मैं दिखा दूंगा जी वरायटी में इन्हों का होलसेल का काम भी है जी तो होलसेल वास्ते ना वरायटी बहुत काफ़ी भरावन पता लगता चलो इन्हों की एक तो रेट बहुत रीजनेबल है सस्ते रेट है जी बिल्कुल कस्टमर का मेला लगा रहा है हाँ जी कप ही है छोटे छोटे कप क्या बात जो बंद कहता थोड़ी चाह लैके ज्यादा पीओ चाह कॉफी वास्ते स्पेशल छोटे छोटे स्टाइल है जी ये बहुत छोटे छोटे आर्टिकल चीज़ा बहुत लागू ने असं हर बार कहने कि भैन की डिमांड दो कल ही भैन के कमेंट्स में मैसेज आए कि सानू कॉस्मेटिक नहीं चाहिए सानू सूट नहीं चाहिए सिर्फ सानू सानू क्रॉकरी वास्ते चाहिए आ क्योंकि साड़ी रसोई हो गई है सुनी टार कढ़नी है जी जिदा आप कोई भैन का ब्याह हों चूड़ा पा के या मेकअप करके टार निकल जाती है उदा रसोई की भी टार कढ़नी है इधर सोहने सोहने आप कप प्लेट रख के देखो कितनी सोहनी वरायटी है वाकई बाकमाल जी छोटा लैना छोटा कप लै लो वड्डा लैना वड्डा किड्स वास्ते अलग आ जिम वाले वीर वास्ते अलग आ चार परौने आ जाने उन्होंने वास्ते अलग है जी मेरे को स्टील सारा इसका ही है हाँ जी भाई ग्रांटेड है फुल जी
ਤੁਸੀਂ ਚਮਚ ਦੇਖੇ ਹੋਣਗੇ ਇਦਾਂ ਦੇ ਮੈਂ ਤੁਹਾਨੂੰ ਆਹ ਚੀਜ਼ ਖਾਣਾ ਜੀ ਡਿਫਰੈਂਟ ਇਹ ਜਿੱਦਾਂ ਆਪਾਂ ਖਰਬੂਜਾ ਵਗੈਰਾ ਖਾਂਦੇ ਹਾਂ ਤਰਬੂਜ ਖਾਂਦੇ ਨਾ ਉਹਦੇ ਵਾਸਤੇ ਸਪੈਸ਼ਲ ਆ ਆਹ ਦੇਖੋ ਜੀ ਕੀ ਬਾਤ ਹੈ ਜੀ ਆਹ ਲੋ ਇਹ ਬ੍ਰੈਡ ਤੇ ਜੈਮ ਨਾਲ ਵਾਸਤੇ ਆ ਵੀ ਯਾਨੀ ਕਿ ਬੜੀਆਂ ਲੱਗ ਜਿੱਤਾਂ ਪਈਆਂ ਜਿਹੜੀਆਂ ਤੁਸੀਂ ਕਦੀ ਦੇਖੀਆਂ ਨਹੀਂ ਹੋਣਗੀਆਂ ਸਪੈਸ਼ਲ ਜੇ ਮੋਮੋਸ ਬਣਾਏ ਆ ਉਹਦੇ ਵਾਸਤੇ ਵੀ ਆ ਜੇ ਤੁਸੀਂ ਸਪਰਿੰਗ ਰੋਲ ਬਣਾਇਆ ਤੇ ਉਹਦੇ ਵਾਸਤੇ ਵੀ ਆ ਹੁਣ ਬਾਣੀ ਦੀਆਂ ਗੱਲਾਂ ਨਾ ਕਰਾਂਗੇ ਕਿਉਂਕਿ ਖਾਣ ਪੀਣ ਦਾ ਕੰਮ ਸ਼ੁਰੂ ਹੋ ਗਿਆ ਮੂੰਹ ਧੋਣ ਲੱਗ ਗਿਆ ਜੀ ਪਾਣੀ ਸਭੀ ਭਾਈ ਦਾ ਕਰਕੇ ਧੰਨਵਾਦ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕੋਈ ਕੁਰਤ ਕਰਾਉਂਦੇ ਆ ਕੋਈ ਲੋਕੇਸ਼ਨ ਦੇ ਦੁਕਾਨ ਦਾ ਲਾ ਕੇ ਦੱਸ ਦੋ ਸਰ ਆਪਣਾ ਲੁਧਿਆਣਾ ਲੱਕੜ ਬਾਜ਼ਾਰ ਹੈ ਜੀ ਕਰਮਾ ਐਂਟਰਪ੍ਰਾਈਜ਼ ਜੀ ਕੱਪ ਦੇਖੋ ਕਿੰਨੇ ਸੋਹਣੇ ਸੋਹਣੇ ਆ ਇਹ ਆ ਗਏ ਕੱਪ ਜਿੱਦਾਂ ਕਿੰਨੀਆਂ ਬੀਬੀ ਹੰਦੇ ਕਹਿੰਦੇ ਦੋਨੇ ਇੱਕ ਦੂਜੇ ਦੇ ਹੱਥ ਫੜ ਕੇ ਚੱਕ ਕੇ ਚਾਹ ਪੀ ਕੇ ਮਜ਼ਾ ਬਣਾ ਕੇ ਅੱਜ ਕਰ ਆਹ ਜੀ ਦੇਖੋ ਜੀ ਕੱਪ ਉਸ ਵਾਸਤੇ ਆ ਸਪੈਸ਼ਲ ਦੋ ਦੋ ਪੱਕਾ ਦਾ ਸੈੱਟ ਆ ਜੇ ਨਾਲ ਦੇ ਸੋਹਣਾ ਆ ਗਿਆ ਤੇ ਉਹ ਆਹ ਬਣਾ ਸਕਦੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਆ ਜੀ ਕੱਲ੍ਹ ਤੁਹਾਡੇ ਮਾਸਟਰ ਨੂੰ ਆਹ ਬਣਾ ਦੇ ਠੀਕ ਵਾਲਾ ਕੰਮ ਬਣਾ अगली बार फिर आवांगे।